ਸਤਿ ਸ਼੍ਰੀ ਅਕਾਲ ਜੀ, ਇਤਿਹਾਸਿਕ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਆਏ ਹਾਂ ਜੀ ਪਿੰਡ ਬੋਪਾ ਰਾਏ ਕਲਾਂ, ਜੋ ਕਿ ਲੁਧਿਆਣੇ ਡਿਸਟ੍ਰਿਕਟ ਵਿੱਚ ਪੈਂਦਾ ਹੈ ਜੀ। ਇੱਥੇ ਆਪਾਂ ਆਏ ਹਾਂ ਜੀ ਸੱਚਖੰਡ ਗੁਰਦੁਆਰਾ, ਜੋ ਕਿ ਸੰਤ ਸੁੰਦਰ ਸਿੰਘ ਜੀ ਦੀ ਯਾਦ ਵਿੱਚ ਸਮਰਪਿਤ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਜੀ, ਦਰਸ਼ਨ ਕਰਾਉਂਦੇ ਹਾਂ ਗੁਰਦੁਆਰੇ ਦੇ, ਬਣੇ ਰਹੋ ਸਾਡੇ ਨਾਲ। ਬੋਪਾ ਰਾਏ ਪਿੰਡ ਜੀ ਪੰਜਾਬ ਦਾ ਬੋਪਾ ਰਾਏ ਗੋਤ ਵਾਲਾ ਸਭ ਤੋਂ ਵੱਡਾ ਪਿੰਡ ਹੈ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜੋ ਕਿ 11ਵੇਂ ਹੈੱਡ ਸੀਗੇ ਦਮਦਮੀ ਟਕਸਾਲ ਦੇ, ਉਹਨਾਂ ਦੇ ਯਾਦ ਨੂੰ ਸਮਰਪਿਤ ਹੈ ਜੀ ਗੁਰਦੁਆਰਾ ਸੱਚਖੰਡ ਸਾਹਿਬ ਬੋਪਾ ਰਾਏ ਕਲਾਂ ਦਾ। ਉਹਨਾਂ ਦੇ ਜੀਵਨ ਦੌਰਾਨ ਜਿਹੜਾ ਆ ਵਿਲੇ ਸੀਗਾ ਜੀ, ਇਹ ਦਮਦਮੀ ਟਕਸਾਲ ਦੀ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਬਣਿਆ ਸੀਗਾ। ਅਤੇ ਨਾਲ ਸੀਗੇ ਬਾਬਾ ਜੀ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ। ਗੁਰਦੁਆਰਾ ਸੱਚਖੰਡ ਸਾਹਿਬ ਜੀ ਬ੍ਰਹਮ ਗਿਆਨੀ ਸੰਤ ਸੁੰਦਰ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਜੀ। ਅਤੇ ਇੱਥੇ ਧਾਰਮਿਕ ਪੜ੍ਹਾਈ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਜੀ। ਅਤੇ ਆਹ ਗੁਰਦੁਆਰੇ ਨੇ ਬਹੁਤ ਜ਼ਿਆਦਾ ਗ੍ਰੰਥੀਆਂ, ਕਥਾਵਾਚਕ ਅਤੇ ਰਿਲੀਜੀਅਸ ਵਿਦਵਾਨਾਂ ਨੂੰ ਜਨਮ ਦਿੱਤਾ ਹੈ ਜੀ। 15 ਫਰਵਰੀ 1930 ਨੂੰ ਬਾਬਾ ਜੀ ਜਦੋਂ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ, ਅਤੇ ਉਦੋਂ ਬਾਬਾ ਜੀ ਸੱਚਖੰਡ ਨੂੰ ਚਲੇ ਗਏ। ਸੰਤ ਸੁੰਦਰ ਸਿੰਘ ਜੀ ਨੇ 21 ਲੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੰਪਲੀਟ ਕੀਤੀਆਂ। ਜਿਹੜੀ ਅਖੀਰਲੀ ਲੜੀ ਸੀਗੀ ਜੀ, ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪੂਰੀ ਕੀਤੀ। ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ 1300 ਵਿਦਿਆਰਥੀਆਂ ਨੂੰ ਸ਼ਿਕਸ਼ਾ ਦਿੱਤੀ, 1000 ਅਖੰਡ ਪਾਠੀ ਤਿਆਰ ਕੀਤੇ, 200 ਪ੍ਰਚਾਰਕ ਤਿਆਰ ਕੀਤੇ ਅਤੇ 100 ਕਥਾਵਾਚਕ ਤਿਆਰ ਕੀਤੇ। 1924 ਵਿੱਚ ਬਾਬਾ ਗੁਰਦੀਤ ਸਿੰਘ ਜੀ ਨੇ ਸੰਤ ਸੁੰਦਰ ਸਿੰਘ ਜੀ ਨੂੰ ਕਥਾ ਕਰਦੇ ਹੋਏ ਸੁਣਿਆ ਪਿੰਡ ਮਲਕ ਚਮਨਾ ਵਿੱਚ। ਤਾਂ ਜਦੋਂ ਆਪਣੇ ਪਿੰਡ ਵਾਪਸ ਪੁੱਜੇ ਤਾਂ ਉਹਨਾਂ ਨੇ ਲੋਕਾਂ ਨੂੰ, ਆਪਣੇ ਪਿੰਡ ਵਾਸੀਆਂ ਨੂੰ ਦਰਖਾਸਤ ਕੀਤੀ ਕਿ ਕਿਉਂ ਨਾ ਆਪਾਂ ਬਾਬਾ ਜੀ ਨੂੰ ਆਪਣੇ ਪਿੰਡ ਆਮੰਤ੍ਰਿਤ ਕਰੀਏ ਬੋਪਾ ਰਾਏ ਕਲਾਂ ਵਿੱਚ। ਤਾਂ ਸੰਤ ਜੀ ਨੇ ਇਹ ਬੇਨਤੀ ਸਵੀਕਾਰ ਕਰ ਲਿੱਤੀ ਅਤੇ ਬੋਪਰਾ ਪਿੰਡ ਵਿੱਚ ਆਏ 1924 ਵਿੱਚ। ਅਤੇ ਸੰਤ ਜੀ ਨੇ ਪੱਕਾ ਦਰਵਾਜ਼ਾ ਜਿਹੜਾ ਸਥਿਤ ਹੈ ਜੀ ਬੋਪਰਾ ਕਲਾਂ ਵਿੱਚ, ਉੱਥੇ ਕਥਾ ਕੀਰਤਨ ਕੀਤਾ ਪਹਿਲੀ ਵਾਰ ਵਿਲੇ 'ਚ। ਅਤੇ ਇਹ ਵੀ ਲੋਕਾਂ ਦੁਆਰਾ ਦੱਸਿਆ ਜਾਂਦਾ ਹੈ ਕਿ ਜਦੋਂ ਸੰਤ ਜੀ ਕਥਾ ਕਰ ਰਹੇ ਸਨ ਤਾਂ ਉਸ ਵੇਲੇ ਅੰਮ੍ਰਿਤ ਵਰਸ਼ਾ ਜਿਹੜੀ ਹੋਈ ਸੀਗੀ ਅਸਮਾਨ ਵਿੱਚੋਂ, ਜਦਕਿ ਉਸ ਦੌਰਾਨ ਕੋਈ ਵੀ ਬੱਦਲ ਅਸਮਾਨ ਵਿੱਚ ਮੌਜੂਦ ਨਹੀਂ ਸੀ। ਅਤੇ ਆਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰੇ ਦਰਸ਼ਨ ਕਰਾਉਣ। ਕਰਮ